ਹਾਂਜੀ ਜੀ, ਨਵਾਂ ਦਿਨ ਨਵੀਂ ਵੀਡੀਓ ਲੈ ਕੇ ਮੈਂ ਆ ਗਿਆ ਜੀ ਔਕਲੈਂਡ ਦੇ ਸੈਂਟਰਲ CBD ਕੁਈਨ ਸਟਰੀਟ 'ਤੇ। ਕਹਿੰਦੇ ਕਿ ਬਹੁਤ ਰੌਣਕਾਂ ਅਤੇ ਬਹੁਤ ਚਾਰਮਿੰਗ ਸਟਰੀਟ ਆ। ਦੇਖਦੇ ਹਾਂ ਕਿ ਇਹ ਅੱਗੇ ਵਾਂਗ ਚਾਰਮਿੰਗ ਰਹੀ ਹੈ ਕਿ ਨਹੀਂ ਹੈ। ਵੀਡੀਓ ਦੇ ਨਾਲ ਜੁੜੇ ਰਹੋ ਤੁਸੀਂ, ਆ ਜਾਓ ਫਿਰ। ਜਿੱਦਾਂ ਕਿ ਸਾਰੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਰੋਡ ਫੇਮਸ ਹੁੰਦੇ ਨੇ, ਕੋਈ ਸੈਂਟਰਲ ਪੁਆਇੰਟ ਫੇਮਸ ਹੁੰਦਾ, ਇੱਦਾਂ ਹੀ ਔਕਲੈਂਡ ਸੈਂਟਰਲ ਦਾ ਫੇਮਸ ਰੋਡ ਹੈ ਜੀ ਕੁਈਨ ਸਟਰੀਟ। ਬਿਲਕੁਲ ਅੱਪਰ ਕੁਈਨ ਸਟਰੀਟ ਇੱਧਰਲੀ ਸਾਈਡ ਤੋਂ ਆਉਂਦਾ ਆ ਅਤੇ ਬਿਲਕੁਲ ਬਾਅਦ 'ਚ ਪੂਰੇ ਰੋਡ ਦੇ ਨਾਲ ਡਾਊਨ ਟਾਊਨ 'ਚ ਹੁੰਦਾ ਜਾਂਦਾ, ਬਿਲਕੁਲ ਐਂਡ 'ਤੇ ਵੌਫ 'ਤੇ ਜਾ ਕੇ ਐਂਡ ਹੁੰਦਾ ਆ ਜਿਹੜੀ ਸੈਂਟਰਲ। ਸੋ ਫਾਰ ਜੀ ਬਹੁਤ ਕੁਛ ਚੇਂਜ ਹੋ ਗਿਆ ਆ, ਅਤੇ ਪਹਿਲਾਂ ਇੱਥੇ ਕੰਸਟਰਕਸ਼ਨ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀਗਾ ਗਾ, ਪਰ ਹੁਣ ਸਾਰੇ ਪਾਸੇ ਜਿੱਧਰ ਵੀ ਦੇਖੋ ਬਸ ਕੰਸਟਰਕਸ਼ਨ ਅਤੇ ਐਮਟੀ ਦੁਕਾਨਾਂ। ਜਿਹੜੀ ਦਿੱਖ ਸੀਗੀ, ਇੱਥੇ ਆਊਟਲੁੱਕ ਸੀਗੀ, ਉਹ ਸਾਰੀ ਚੇਂਜ ਹੋ ਚੁੱਕੀ ਹੈ। ਸੋ ਫਾਰ ਅੱਜ ਦਾ ਦਿਨ ਵਧੀਆ ਆ, ਬਟ ਅੱਗੇ ਜਾ ਕੇ ਦੇਖਦੇ ਹਾਂ, ਹੋ ਸਕਦਾ ਅੱਗੇ ਸਾਨੂੰ ਰੌਣਕਾਂ ਮਿਲ ਡਾਊਨ ਟਾਊਨ ਵੱਲ। ਇੱਥੇ ਇੱਕ ਰੀਸੈਂਟਲੀ ਜਿਹੜਾ ਮੁੱਦਾ ਇਹ ਹੈ ਕਿ ਔਕਲੈਂਡ ਦੀ ਜਿਹੜੀ ਜਿਹੜਾ ਸੈਂਟਰਲ ਰੋਡ ਆ, ਇਹਦੀ ਬਰਬਾਦੀ ਦਾ ਕਾਰਨ ਜਿਹੜੀ ਸਿਟੀ ਰੇਲ ਲਿੰਕ ਬਣ ਰਹੀ, ਮੈਟਰੋ ਸਿਟੀ ਰੇਲ ਲਿੰਕ ਦਾ ਕਰਕੇ ਇੱਥੇ ਬਹੁਤ ਸਾਰੇ ਬਿਜ਼ਨਸ ਦੀ ਜਿਹੜੀ ਐਂਟਰੈਂਸ ਆ ਉਹ ਹੀ ਬੰਦ ਹੋ ਚੁੱਕੀ ਹੈ। ਉਹਨਾਂ ਨੂੰ ਲੌਸ ਦਾ ਸਾਹਮਣਾ ਕਰਨਾ ਪਿਆ, ਬਟ ਬਿਜ਼ਨਸ ਲੋਬੀ ਤਾਂ ਕਹਿੰਦੀ ਆ ਕਿ ਤੁਸੀਂ ਸਿਟੀ ਰੇਲ ਲਿੰਕ ਨਾ ਬਣਾਓ, ਬਟ ਹੁਣ ਔਲਰੇਡੀ ਔਕਲੈਂਡ ਕੌਂਸਲ ਦਾ ਔਲਰੇਡੀ ਲੋਨ ਦੇ ਵਿੱਚ ਆ, ਅਤੇ 2026 ਉਹਦਾ ਵੈਸੇ 2024 'ਚ ਖੁੱਲ੍ਹਣਾ ਸੀਗਾ, ਬਟ 2026 ਦੇ ਵਿੱਚ ਹੁਣ ਓਪਨਿੰਗ ਹੋ ਰਹੀ ਆ ਜਿਹੜਾ ਸਿਟੀ ਦਾ ਮੈਟਰੋ ਰੇਲ ਲਿੰਕ ਆ। ਨਿਊਜ਼ੀਲੈਂਡ ਦਾ ਸਭ ਤੋਂ ਪਹਿਲਾ ਰਿਟੇਲ ਸ਼ੌਪ ਸੀਗੀ, 140 ਸਾਲ ਹੋ ਗਏ ਨੇ ਇਹ ਸ਼ੌਪ ਨੂੰ ਬਣੇ, ਪਰ ਇਹ ਵੀ ਕੁਇਟ ਕਰ ਚੁੱਕੀ ਆ ਹੁਣ, ਇਹ ਵੀ ਐਗਜ਼ਿਟ ਕਰ ਗਏ ਨੇ ਬਿਜ਼ਨਸ, ਸਾਰਾ ਬਿਜ਼ਨਸ ਸੈੱਲ ਹੋ ਗਿਆ ਆ। ਅਤੇ ਹੁਣ ਉਹ ਸਦਾ ਕੋਈ ਨਵਾਂ ਪਲੇਅਰ ਆਵੇ, ਕਿਉਂਕਿ ਸਾਰੇ ਜਿਹੜੇ ਵੀ ਜਿੰਨੇ ਵੀ ਰਿਟੇਲਰ ਆ ਇੱਥੇ ਫਾਈਨੈਂਸ਼ੀਅਲ ਸਟਰਗਲ ਬਹੁਤ ਜ਼ਿਆਦਾ ਚੱਲ ਰਹੀ ਆ। ਇਹਨਾਂ ਨੇ ਪਤਾ ਨਹੀਂ ਚੇਂਜਿਸ ਕਿੱਦਾਂ ਕੀਤੀਆਂ ਨੇ, ਪਹਿਲਾਂ ਇੱਥੇ ਪਾਰਕਿੰਗ ਲੱਗ ਜਾਂਦੀ ਹੁੰਦੀ ਸੀਗੀ, ਬਟ ਪਾਰਕਿੰਗ ਵੀ ਬੰਦ ਕਰ ਦਿੱਤੀ ਹੈ। ਪਹਿਲੇ ਕੁਈਨ ਸਟਰੀਟ ਦਾ ਜਿਹੜਾ ਹਾਲਾਤ ਆ ਜੀ ਪੂਰੇ ਚੇਂਜ ਹੋ ਚੁੱਕੇ ਆ, ਹੁਣ ਖਾਲੀ ਦੁਕਾਨਾਂ ਦੇਖਣ ਨੂੰ ਮਿਲਦੀਆਂ ਨੇ, ਅਤੇ ਖਾਲੀ ਦੁਕਾਨਾਂ ਦੇ ਨਾਲ ਤੁਹਾਨੂੰ ਇੱਥੇ ਮਤਲਬ ਕਾਫੀ ਜਿਹੜੇ ਹੋਮਲੈਸ ਲੋਕ ਨੇ ਉਹ ਵੀ ਦੇਖਣ ਨੂੰ ਮਿਲਦੇ ਨੇ। ਇੱਕ ਸੈਂਟਰਲ ਜਿਹੜੀ ਸਿਟੀ ਹੋਣ ਦੇ ਨਾਤੇ ਇਹੋ ਜਿਹੀਆਂ ਚੀਜ਼ਾਂ ਦੇਖਣੀਆਂ ਕੋਈ ਵਧੀਆ ਸਾਈਨ ਨਹੀਂ ਹੈਗਾ। ਮਤਲਬ ਬਹੁਤ ਸਾਰੇ ਲੋਕ ਨਿਊਜ਼ੀਲੈਂਡ ਤੋਂ ਮਾਈਗ੍ਰੇਟ ਕਰ ਰਹੇ ਨੇ ਕਿ ਫਾਈਨੈਂਸ਼ੀਅਲ ਹਾਰਡਸ਼ਿਪ ਨਹੀਂ ਚੱਲ ਸਕਦਾ ਹੁਣ ਕੋਈ ਵੀ, ਈਵਨ ਦੋ ਇੱਥੇ ਥੋੜ੍ਹੇ ਬਹੁਤੇ ਰੈਂਟ ਦੇ ਪੈਸੇ ਘੱਟ ਜਾਣ ਤਾਂ ਨਹੀਂ ਪ੍ਰੋਬਲਮ ਹੋ ਜਾਂਦੀ ਹੈ, ਪਰ ਇੱਥੇ ਹੁਣ ਜਿੱਥੇ ਲੱਖਾਂ ਦਾ ਰੈਂਟ ਜਾ ਰਿਹਾ ਉੱਥੇ ਤੁਹਾਡਾ ਬਿਜ਼ਨਸ ਨਹੀਂ ਚੱਲੂਗਾ ਤਾਂ ਤੁਸੀਂ ਕਿੱਦਾਂ ਵਰਕਆਊਟ ਕਰੋਗੇ। ਕੰਸਟਰਕਸ਼ਨ ਕੰਸਟਰਕਸ਼ਨ ਸਾਰੇ ਕਿਤੇ ਹੀ ਰੋਡ ਪੱਟੇ ਹੋਏ ਨੇ, ਰੇਲ ਲਿੰਕ ਦਾ ਵੀ ਕੋਈ ਜ਼ਿਆਦਾ ਕਨੈਕਟੀਵਿਟੀ ਹੈਗੀ ਨਹੀਂ ਆ। ਰੇਲ ਲਿੰਕ ਜਿਹੜਾ ਆ ਬਸ ਇੱਕ 2 ਜਾਂ 3 ਸਟੇਸ਼ਨ ਬਣਾ ਰਹੇ ਨੇ, ਅਤੇ $5-6 ਬਿਲੀਅਨ ਦਾ ਖਰਚਾ ਹੈ ਕੰਸਟਰਕਸ਼ਨ ਦੇਖ ਰਹੇ, ਸਾਰਾ ਰੋਡ ਬੰਦ ਆ। ਬਟ ਇੱਕ ਚੀਜ਼ ਜਿਹੜੀ ਕੁਈਨ ਸਟਰੀਟ ਦੀ ਬਿਲਕੁਲ ਹੀ ਨਹੀਂ ਚੇਂਜ ਹੋਈ ਜੀ,
ਉਹ ਹੈਗੀਆਂ ਇਹਨਾਂ ਦੀਆਂ ਜਿਹੜੀਆਂ ਕਲਾਸੀਕਲ ਵਿਕਟੋਰੀਅਨ ਇਮਾਰਤਾਂ ਉਹ ਉੱਦਾਂ ਦੀਆਂ ਉੱਦਾਂ ਰਹੀਆਂ ਭਾਵੇਂ ਕਿੰਨੇ ਸਾਲ ਇੱਥੇ ਚੇਂਜ ਹੋ ਗਏ ਨੇ। ਕੁਛ ਉਦਾਹਰਣਾਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ। ਸੋ 1990 ਦੀਆਂ ਬਿਲਡਿੰਗਸ ਨੇ, ਸਟਿਲ ਉੱਦਾਂ ਦੀਆਂ ਉੱਦਾਂ ਹੀ ਲੱਗਦੀਆਂ ਨੇ। ਕੋਈ 1900 ਸਨ ਦੀ ਵੀ ਹੈਗੀ ਹੈ, ਕੋਈ 1880, ਕੋਈ 1890 ਸਨ ਦੀਆਂ ਵੀ ਨੇ। ਬਟ ਜਿਉਂ ਹੀ ਤੁਸੀਂ ਕੁਈਨ ਸਟਰੀਟ ਲੋਅਰ ਕੁਈਨ ਸਟਰੀਟ ਵੋਫ ਦੀ ਸਾਈਡ ਆਉਂਦੇ ਜੇ ਤਾਂ ਮਾਹੌਲ ਥੋੜ੍ਹਾ ਡਿਫਰੈਂਟ ਹੋਣ ਲੱਗ ਜਾਂਦਾ ਆ। ਥੋੜ੍ਹੀ ਜ਼ਿਆਦਾ ਰੌਣਕ, ਜ਼ਿਆਦਾ ਸ਼ੋਰੂਮ, ਜ਼ਿਆਦਾ ਇੱਥੇ ਲਗਜ਼ਰੀ ਵਾਲੇ ਸ਼ੋਰੂਮ ਤੁਹਾਨੂੰ ਦੇਖਣ ਨੂੰ ਮਿਲਦੇ ਨੇ। ਜਿਵੇਂ ਕਿ ਕੁਛ ਦੁਕਾਨਾਂ ਮੈਂ ਤੁਹਾਨੂੰ ਦਿਖਾ ਰਿਹਾ ਮੈਂ ਇੱਥੇ, ਲੋਅਰ ਕੁਈਨ ਸਟਰੀਟ ਹੀ ਆ ਮੈਨੂੰ ਲੱਗਦਾ ਕਿ ਐਂਡ ਆਫ ਦਾ ਡੇ ਅਗਰ ਤੁਸੀਂ ਕੁਛ ਘੁੰਮਣਾ ਹੈ ਸਿਟੀ ਦੇ ਵਿੱਚ। ਵੈਸੇ ਪ੍ਰੋਬਲਮਸ ਤਾਂ ਸਾਰੇ ਕਿਤੇ ਹੀ ਹੁੰਦੀਆਂ ਜੀ, ਕਿਸੇ ਮਰਜ਼ੀ ਸਿਟੀ ਚੱਲਦੀ ਹੈ। ਬਟ ਜਿੱਦਾਂ ਤਾਰਕ ਮਹਿਤਾ 'ਚ ਕਹਿੰਦੇ ਨੇ ਕਿ ਪ੍ਰੋਬਲਮਸ ਤੋਂ ਹੈ ਸਭਕੇ ਸਾਥ ਲੇਕਿਨ ਨਜ਼ਰੀਏ ਕੀ ਹੈ ਬੈਡ। ਅਗਰ ਔਕਲੈਂਡ ਕੁਈਨ ਸਟਰੀਟ ਦੀ ਕੁਛ ਕਹਿ ਲਓ ਨੈਗੇਟਿਵ ਪੁਆਇੰਟਸ ਨੇ ਅਤੇ ਕੁਛ ਗੁੱਡ ਪੁਆਇੰਟਸ ਵੀ ਨੇ। ਹਾਲੇ ਵੀ ਇੱਥੇ ਬਹੁਤ ਸਾਰੀ ਸ਼ੋਪਸ ਜਿਹੜੀਆਂ ਵਧੀਆ ਤਰੀਕੇ ਨਾਲ ਚੱਲਦੀਆਂ ਨੇ ਲੋਅਰ ਕੁਈਨ ਸਟਰੀਟ 'ਤੇ, ਅਤੇ ਬਹੁਤ ਸਾਰਾ ਬਿਜ਼ਨਸ ਕ੍ਰੀਏਟ ਕਰਦੀਆਂ ਨੇ, ਲੋਕਲੀ ਜੋਬਸ ਕ੍ਰੀਏਟ ਕਰਦੀਆਂ ਨੇ। ਅਤੇ ਆਹ ਲੋਅਰ ਕੁਈਨ ਸਟਰੀਟ ਦਾ ਦ੍ਰਿਸ਼ ਸੀਗਾ ਪਹਿਲਾਂ, ਅੱਪਰ 'ਤੇ ਦੇਖਿਆ ਬਿਲਕੁਲ ਰਸ਼ ਨਹੀਂ ਸੀਗਾ ਲੋਕਾਂ ਦਾ, ਬਟ ਇੱਥੇ ਫਿਰ ਵੀ ਥੋੜ੍ਹੀ ਜਿਹੀ ਚਹਿਲ ਪਹਿਲ। ਗ੍ਰੀਨਰੀ ਦਾ ਵੀ ਬਹੁਤ ਖਿਆਲ ਰੱਖਿਆ ਜੀ, ਜਿੱਥੇ ਜਿੱਥੇ ਵੀ ਆਹ ਸਾਰੀ ਕੁਈਨ ਸਟਰੀਟ ਦੇ ਨਾਲ ਹੀ ਤੁਸੀਂ ਵੀਡੀਓ 'ਚ ਵੀ ਦੇਖ ਰਹੇ ਹੋਵੋਗੇ, ਨੋਟਿਸ ਕਰ ਰਹੇ ਹੋਵੋਗੇ, ਸਾਰੇ ਪਾਸੇ ਦੋਨੋਂ ਸਾਈਡ ਹੀ ਮਤਲਬ ਪੂਰੇ ਦਰਖਤ ਲਾਏ ਹੋਏ ਨੇ, ਪ੍ਰੋਪਰ ਗ੍ਰੀਨ ਸਪੇਸ ਦਾ ਖਿਆਲ ਰੱਖਿਆ। ਦੇਖੋ ਇੱਕ ਇੱਥੇ ਵੀ ਹੋਮਲੈਸ ਆ, ਉਹ ਵੀ ਮੰਗ ਰਿਹਾ ਆ। ਬਟ ਮੈਂ ਕਦੀ ਸੋਚ ਨਹੀਂ ਪਾਉਂਦਾ ਇਹ ਚੀਜ਼ ਕਿ ਐਗਜੈਕਟ ਰੀਜ਼ਨ ਹੈ ਕਿ ਇਹਦੇ ਪਿੱਛੇ, ਮਤਲਬ ਇੰਨੀ ਵਧੀਆ ਕੰਟਰੀ 'ਚ ਰਹਿੰਦੇ ਹੋਏ ਵੀ ਮਾਈਗ੍ਰੈਂਟ ਆ ਕੇ ਸਾਰਾ ਕੁਛ ਅਚੀਵ ਕਰਦੇ ਨੇ, ਬਟ ਇੱਥੇ ਲੋਕਾਂ ਨੂੰ ਇੱਦਾਂ ਹੋਮਲੈਸ ਰਹਿਣਾ ਪਵੇ ਜਾਂ ਮੰਗ ਕੇ ਖਾਣਾ ਪਵੇ। ਆਪਣਾ ਕੋਈ ਕਮੈਂਟ ਦੇਣਾ ਹੋਵੇ ਇਹਦੇ ਰਿਗਾਰਡਿੰਗ ਤਾਂ ਪਲੀਜ਼ ਤੁਸੀਂ ਨੀਚੇ ਕਮੈਂਟ ਜ਼ਰੂਰ ਕਰਿਓ। ਹੁਣ ਜਾ ਰਹੇ ਜੀ ਦੂਸਰੀ ਸਾਈਡ। ਆਇਆ ਹੈਗਾ ਜੀ ਬੇਬੀ ਟਾਈਮ ਸਕੁਏਅਰ, ਇਹਦਾ ਨਿਊਯਾਰਕ ਦੇ ਟਾਈਮ ਸਕੁਏਅਰ 'ਤੇ ਵੱਡੀ ਜੀ ਸਕਰੀਨ ਲੱਗੀ ਅਤੇ ਉੱਤੇ ਐਡਸ ਆਉਂਦੀ ਆ। ਔਕਲੈਂਡ ਦਾ ਟਾਈਮ ਸਕੁਏਅਰ ਆ। ਇਹਨਾਂ ਦਾ ਅਪਕਮਿੰਗ ਮਾਤਾ ਰਿਕੀ, ਇਹਦੇ ਇੱਥੇ ਦੇ ਜਿਹੜੇ ਲੋਕਲ ਲੋਕ ਨੇ ਮਾਉਰੀ ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਦਾ ਜਿਹੜਾ ਨਿਊ ਈਅਰ ਆ ਰਿਹਾ ਆ। ਤੁਹਾਨੂੰ ਲੋਰੈਂਸ ਸਟਰੀਟ ਵੀ ਦਿਖਾ ਦੇਣਾ ਆ ਜੀ, ਬਿਲਕੁਲ ਔਫ ਸਟਰੀਟ ਹੋ ਜਾਂਦੀ ਆ। ਕੋਈ ਵੀ ਜਿਹੜੀ ਜਗ੍ਹਾ ਆ ਉਹਨੂੰ ਚੰਗਾ ਮਾੜਾ ਬਣਾਉਣ ਦਾ ਜਿਹੜਾ ਕਹਿ ਲਓ ਕ੍ਰੈਡਿਟ ਹੁੰਦਾ ਆ ਲੋਕਾਂ ਦੇ ਨਾਲ ਹੀ ਹੁੰਦਾ ਆ। ਅਗਰ ਲੋਕ ਚੰਗੇ ਨੇ ਉਹ ਜਗ੍ਹਾ ਚੰਗੀ ਬਣ ਜਾਂਦੀ, ਅਗਰ ਲੋਕ ਮਾੜੇ ਨੇ ਭਾਵੇਂ ਤੁਸੀਂ ਕਿੰਨੇ ਮਰਜ਼ੀ ਵਧੀਆ ਤਰੀਕੇ ਨਾਲ ਕੋਈ ਚੀਜ਼ ਬਣਾ ਲਓ ਪਰ ਉਹ ਜਿਹੜੀ ਜਗ੍ਹਾ ਉਹ ਮਾੜੀ ਹੋ ਜਾਂਦੀ ਆ। ਬਟ ਚਲੋ ਇੱਥੇ ਥੋੜ੍ਹੇ ਲੋਕ ਨੇ ਪਰ ਲੋਕ ਵਧੀਆ ਨੇ, ਇਸ ਕਰਕੇ ਭਾਵੇਂ ਜਿੰਨਾ ਘੱਟ ਵੀ ਰਸ਼ ਹੈ ਨਾ
ਤੇ ਫਿਰ ਵੀ ਵਧੀਆ ਆ, ਵੋਕ ਕਰਨ ਲਈ ਵਧੀਆ ਆ ਵਿੰਟਰ ਦੇ ਵਿੱਚ। ਹੁਣ ਤਾਂ ਜਿੱਦਾਂ ਠੰਡ ਦਾ ਟਾਈਮ ਆ, ਕਲਾਸਿਕ ਕਲਾਸਿਕ ਜੀ ਤੁਹਾਨੂੰ ਇੱਕ ਵਾਈਬ ਮਿਲਦੀ ਹੈ, ਪੁਰਾਣੀਆਂ ਪੁਰਾਣੀਆਂ ਬਿਲਡਿੰਗ ਬੜੇ ਵਧੀਆ ਤਰੀਕੇ ਨਾਲ ਸਾਂਭੀਆਂ ਹੋਈਆਂ ਇਹਨਾਂ ਨੇ। ਵੰਸ ਇਨ ਅ ਵਾਈਲ ਤੁਸੀਂ ਜ਼ਰੂਰ ਟਾਈਮ ਕੱਢ ਕੇ ਆਓ, ਬਟ ਵੀਕਐਂਡ 'ਤੇ ਆਓਗੇ ਤਾਂ ਤੁਹਾਨੂੰ ਰਸ਼ ਮਿਲੂਗਾ, ਵੀਕਡੇ 'ਚ ਆਓਗੇ ਤਾਂ ਇੱਦਾਂ ਹੀ ਤੁਹਾਨੂੰ ਥੋੜ੍ਹਾ ਕਾਮਨੈਸ ਮਿਲੂਗੀ। ਉਹ ਵਾਲੀ ਦੇਖੋ ਜੀ, ਉਹ ਕੁਈਨ ਸਟਰੀਟ ਆ, ਕੁਈਨ ਸਟਰੀਟ ਨੂੰ ਸਾਰੀਆਂ ਇੱਦਾਂ ਗਲੀਆਂ ਦੇ ਨਾਲ ਜੋੜ ਕੇ ਅਤੇ ਨਾਲ ਜਿਹੜੀਆਂ ਇਹਦੀਆਂ ਕਹਿ ਲਓ ਬਿਲਕੁਲ ਕਲੋਜ਼ ਵਾਲੀਆਂ ਸਟਰੀਟਾਂ ਦੇ ਨਾਲ ਜੋੜਿਆ ਹੋਇਆ ਹੈ ਕਿ ਅਗਰ ਤੁਸੀਂ ਵੋਕ ਕਰੋਗੇ ਫਿਰ ਤੁਹਾਨੂੰ ਕੋਈ ਬੜੀ ਦਿੱਕਤ ਨਹੀਂ ਹੈਗੀ। ਪਾਰਕਿੰਗ ਦਾ ਥੋੜ੍ਹਾ ਇਸ਼ੂ ਹੋ ਸਕਦਾ ਜੀ ਕੁਈਨ ਸਟਰੀਟ 'ਤੇ, ਕਿਉਂਕਿ ਗੁੱਡਸ ਵਹੀਕਲ ਲਾਈਨ ਆ। ਅਗਰ ਤੁਸੀਂ ਔਕਲੈਂਡ 'ਚ ਨਹੀਂ ਰਹਿੰਦੇ ਅਤੇ ਕੁਈਨ ਸਟਰੀਟ ਨੂੰ ਵਿਜ਼ਿਟ ਕਰਨਾ ਚਾਹੁੰਦੇ ਜੇ ਤਾਂ ਮੈਂ ਇਹੀ ਸੁਜੈਸ਼ਨ ਦਿੰਦਾ ਕਿ ਤੁਸੀਂ ਅਵੋਇਡ ਕਰਿਓ ਪਲੀਜ਼ ਕੁਈਨ ਸਟਰੀਟ ਨੂੰ, ਕਿਉਂਕਿ ਉੱਥੇ ਵਨ ਵੇ ਸਟਰੀਟ ਵੀ ਕਾਫੀ ਨੇ ਅਤੇ ਗੁੱਡਸ ਵਹੀਕਲ ਲੇਨ ਵੀ ਆ। ਇਸ ਕਰਕੇ ਅਗਰ ਤੁਸੀਂ ਗਲਤ ਪਾਸੇ ਨੂੰ ਹੋ ਗਏ ਤਾਂ ਮੇ ਬੀ ਚਲਾਨ ਹੋ ਸਕਦਾ ਹੈ, ਅਤੇ ਤੁਸੀਂ ਪਬਲਿਕ ਟਰਾਂਸਪੋਰਟ ਬੱਸ ਜਾਂ ਟ੍ਰੇਨ ਨੂੰ ਯੂਜ਼ ਕਰੋ। ਸੈਂਟਰਲ ਸਪੇਸਿਸ ਇੱਦਾਂ ਪੂਰੀ ਸਿਟੀ ਦੇ ਵਿੱਚ ਬਣਾਈਆਂ ਹੋਈਆਂ ਨੇ ਕਿ ਲੋਕ ਬੈਠ ਕੇ ਰਿਲੈਕਸ ਕਰਨ, ਆਪਣਾ ਖਾਣ ਪੀਣ। ਫਿਰ ਉਹੀ ਜੀ ਸਾਰੇ ਪਾਸੇ ਹੀ ਬਸ ਕੰਸਟਰਕਸ਼ਨ। ਮੈਂ ਵੀ ਜੀ ਨਿਊਜ਼ੀਲੈਂਡ ਯੂਰੋਪੀਅਨ ਤੋਂ ਬਾਅਦ 'ਚ ਕਹਿ ਲਓ ਸਭ ਤੋਂ ਜ਼ਿਆਦਾ ਜਿਹੜੀ ਕਮਿਊਨਿਟੀ ਔਕਲੈਂਡ ਦੇ ਵਿੱਚ ਰਹਿੰਦੀ ਆ ਉਹ ਹੈਗੀ ਆ ਏਸ਼ੀਅਨ ਕਮਿਊਨਿਟੀ। ਇਹਦਾ ਪ੍ਰਭਾਵ ਵੀ ਤੁਹਾਨੂੰ ਸਾਰੇ ਪਾਸੇ ਦੇਖਣ ਨੂੰ ਮਿਲਦਾ, ਉਹਨਾਂ ਦੇ ਜ਼ਿਆਦਾ ਰੈਸਟੋਰੈਂਟ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਥੇ, ਸ਼ੂਸ਼ੀ ਤੋਂ ਲੈ ਕੇ ਕੋਰੀਅਨ ਰੈਸਟੋਰੈਂਟ, ਵੀਅਤਨਾਮੀਜ਼ ਹੋ ਗਿਆ, ਇੰਡੀਅਨ ਹੋ ਗਿਆ, ਅਤੇ ਕਾਫੀ ਕੁਛ ਇਨਫਲੂਐਂਸਡ ਆ ਉਹ ਚੀਜ਼ ਨਾਲ। ਲਓ ਜੀ ਥੋੜ੍ਹਾ ਥੋੜ੍ਹਾ ਮੀਂਹ ਪੈਣ ਲੱਗ ਗਿਆ ਆ, ਆਪਾਂ ਰੈਸਟੋਰੈਂਟ 'ਚ ਕੋਕੋਨਟ ਵਾਟਰ ਪੀਤਾ ਆ, ਉਸ ਮੀਂਹ ਵਾਲਾ ਸੀਨ ਇੱਥੇ ਬਸ ਕਹਿ ਲਓ ਥੋੜ੍ਹਾ ਕੱਬਾ ਜਿਹਾ ਹੀ ਆ, ਕਦੇ ਵੀ ਪੈ ਸਕਦਾ ਆ। ਹਾਲੇ ਇੱਕ ਪਾਸੇ ਬਿਲਕੁਲ ਨੀਲਾ ਅਸਮਾਨ ਦਿਖ ਰਿਹਾ ਆ, ਪਰ ਥੋੜ੍ਹੀਆਂ ਥੋੜ੍ਹੀਆਂ ਕਣੀਆਂ ਆ ਰਹੀਆਂ ਨੇ। ਹਾਂਜੀ ਇਹ ਸੀਗਾ ਜੀ ਮੇਰਾ ਅੱਜ ਦਾ ਕੁਈਨ ਸਟਰੀਟ ਦਾ ਵਾਕਿੰਗ ਟੂਰ। ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਾ ਹੋਊਗਾ ਕੁਈਨ ਸਟਰੀਟ। ਸੋ ਫਾਰ ਮੈਂ ਇਹੀ ਕਹਿਣਾ ਚਾਹੂੰਗਾ ਕਿ ਵਨ ਟਾਈਮ ਵਿਜ਼ਿਟ ਵਾਸਤੇ ਬਹੁਤ ਵਧੀਆ ਆ। ਸ਼ੋਪਿੰਗ ਦੀਆਂ ਹਾਲੇ ਥੋੜ੍ਹਾ ਜਿਹਾ ਘੱਟ ਓਪਰਚੁਨਿਟੀਆਂ ਨੇ, ਹੋ ਸਕਦਾ ਜਦੋਂ ਰੇਲ ਲਿੰਕ ਬਣ ਜਾ ਫਿਰ ਬਹੁਤ ਵਧੀਆ ਹੋ ਜਾਵੇ, ਅਤੇ ਡਾਇਨਿੰਗ ਲਈ ਵਾਸਤੇ ਬਹੁਤ ਜ਼ਿਆਦਾ ਵਧੀਆ ਆ। ਵੈਸੇ ਵੀ ਕਲਾਸੀਕਲ ਬਿਲਡਿੰਗ ਜਿਹੜੀਆਂ ਪੁਰਾਣੀਆਂ ਉਹ ਤੁਸੀਂ ਜ਼ਰੂਰ ਦੇਖ ਸਕਦੇ ਜੇ, ਅਤੇ ਮੈਂ ਉਮੀਦ ਕਰਦਾ ਕਿ ਨੈਕਸਟ ਜਿਹੜੀਆਂ ਮੇਰੀ ਅਪਕਮਿੰਗ ਵੀਡੀਓਜ਼ ਆ
ਉਹ 'ਚ ਮੈਂ ਹੋਰ ਐਕਸਾਈਟਿੰਗ ਚੀਜ਼ਾਂ ਤੁਹਾਨੂੰ ਦਿਖਾਵਾਂ। ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਓ, ਅਤੇ ਕੋਈ ਵੀ ਤੁਹਾਡਾ ਕੁਐਸਚਨ ਹੋਊਗਾ, ਤੁਸੀਂ ਮੈਨੂੰ ਕੋਈ ਰਿਕਮੈਂਡੇਸ਼ਨ ਦੇਣੀ ਹੋਊਗੀ, ਤੁਸੀਂ ਕਮੈਂਟ ਕਰ ਸਕਦੇ ਜੇ, ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਉਹ ਪੂਰੀ ਕਰਨ ਦੀ। ਅਤੇ ਬੈਲ ਆਈਕਨ ਨੂੰ ਤੁਸੀਂ ਪ੍ਰੈਸ ਕਰ ਦਿਓ। ਮਿਲਦਾ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ, ਤਦ ਤੱਕ ਲਈ ਸਾਰੇ ਖਿਆਲ ਰੱਖੋ ਜੀ, ਸਤਿ ਸ਼੍ਰੀ ਅਕਾਲ।